ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਰਮਲ ਕੁਟੀਆ ਟੂਟੋ ਮਜਾਰਾ ਦੇ ਮੁੱਖ ਸੇਵਾਦਾਰ ਸਤਿਕਾਰਯੋਗ ਬਾਬਾ ਮੱਖਣ ਸਿੰਘ ਜੀ ਵੱਲੋਂ ਨਗਰ ਨਿਵਾਸੀ ਇਲਾਕਾ ਨਿਵਾਸੀ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਆਪਣੇ ਵੱਡੇ ਮਹਾਂਪੁਰਸ਼ ਸ਼੍ਰੋਮਣੀ ਵਿਰਾਕਤ ਬ੍ਰਹਿਮਲੀਨ ਸ਼੍ਰੀ ਮਾਨ ਸੰਤ ਬਾਬਾ ਦਲੇਰ ਸਿੰਘ ਜੀ ਦੀ 23ਵੀਂ ਸਾਲਾਨਾ ਯਾਦ ਅਤੇ ਉਹਨਾਂ ਦੇ ਚਰਨ ਸੇਵਕ ਬ੍ਰਹਿਮਲੀਨ ਸ਼੍ਰੀ ਮਾਨ ਸੰਤ ਬਾਬਾ ਸਤਨਾਮ ਜੀ ਦੀ ਸਾਲਾਨਾ ਯਾਦ ਅਤੇ ਬ੍ਰਹਿਮਲੀਨ ਸ਼੍ਰੀ ਮਾਨ ਸੰਤ ਬਾਬਾ ਜਗਦੇਵ ਸਿੰਘ ਮੋਨੀ ਜੀ ਦੀ 13ਵੀਂ ਸਾਲਾਨਾ ਯਾਦ ਜੋ 20 ਅਤੇ 21 ਨਵੰਬਰ ਨੂੰ ਮਨਾਉਣ ਜਾ ਰਹੇ ਹਨ, ਉਸ ਦੇ ਸੰਬੰਧ ਵਿੱਚ ਹਰ ਸਾਲੀ ਤਰ੍ਹਾਂ ਨਿਰਮਲ ਕੁਟੀਆ ਟੂਟੋ ਮਜਾਰਾ ਦੀਆਂ ਮਾਈਆਂ ਬੱਚੀਆਂ ਬੀਬੀਆਂ ਵੱਲੋਂ ਜੋ 41 ਦਿਨ ਦੇ ਸੁਖਮਨੀ ਸਾਹਿਬ ਦੇ ਜਾਪ ਕੀਤੇ ਜਾਂਦੇ ਹਨ, ਉਹ ਪਿਛਲੇ 20 ਸਤੰਬਰ ਤੋਂ ਸ਼ੁਰੂ ਹੋਏ ਹੋਏ ਹਨ, ਜਿਨ੍ਹਾਂ ਦੀ ਸੰਪੂਰਨਤਾ 30 ਅਕਤੂਬਰ ਦਿਨ ਐਤਵਾਰ ਨੂੰ ਹੋਵੇਗੀ ਅਤੇ 10 ਨਵੰਬਰ ਨੂੰ ਹਰਿਦੁਆਰ ਬੰਦਰੇ ਵਰਿੰਦਾਵਨ ਮਥੁਰਾ ਤੋਂ ਵਿਸ਼ੇਸ਼ ਕਰਕੇ ਵਿਰਕਤ ਸਾਧੂਆਂ ਦੀਆਂ ਮੰਡਲੀਆਂ ਪਹੁੰਚ ਜਾਣੀਆਂ ਹਨ ਅਤੇ 11 ਨਵੰਬਰ ਨੂੰ ਸ਼੍ਰੀ ਅਖੰਡ ਜਾਪਾਂ ਦੀ ਲੜੀ ਪ੍ਰਾਰੰਭ ਹੋ ਜਾਣੀ ਹੈ। 11 ਨਵੰਬਰ ਤੋਂ ਹੀ 21 ਨਵੰਬਰ ਤੱਕ ਹਰ ਰੋਜ਼ ਰਾਤ ਨੂੰ 6 ਵਜੇ ਤੋਂ 9 ਵਜੇ ਤੱਕ ਕਥਾ ਕੀਰਤਨ ਵਿਚਾਰਾਂ ਹੋਣਗੀਆਂ। 20 ਨਵੰਬਰ ਦਾ ਮਹਾਨ ਵਿਸ਼ਾਲ ਨਗਰ ਕੀਰਤਨ ਹੈ। 21 ਨਵੰਬਰ ਦਾ ਮਹਾਨ ਗੁਰਮਤਿ ਸੰਤ ਸਮਾਗਮ ਹੈ। ਇਹਨਾਂ ਸਮਾਗਮਾਂ ਅੰਦਰ ਘਰ ਦੇ ਕੰਮਾਂ ਕਾਰਾਂ ਨੂੰ ਸੰਕੋਚਦਿਆਂ ਹੋਇਆਂ ਕੁਟੀਆ ਵਿਖੇ ਪਹੁੰਚ ਕੇ ਗੁਰੂ ਕੇ ਲੰਗਰਾਂ ਦੀ ਸੇਵਾ ਕਰਕੇ, ਦਰਬਾਰ ਦੀ ਸੇਵਾ ਕਰਕੇ, ਪਾਠੀ ਸਿੰਘਾਂ ਦੀ ਸੇਵਾ ਕਰਕੇ, ਸੰਤਾਂ ਸਾਧੂਆਂ ਦੀ ਸੇਵਾ ਕਰਕੇ, ਕਥਾ ਕੀਰਤਨ ਸਰਵਣ ਕਰਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਬਣਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।